ਪੁੱਡਾ ਦਾ ਕਰਮਚਾਰੀ 5000 ਰੁਪਏ ਰਿਸ਼ਵਤ ਲੈਂਦਾ, ਵਿਜੀਲੈਂਸ ਵੱਲੋਂ ਕੀਤਾ ਕਾਬੂ, ਮਾਮਲਾ ਦਰਜ। ਮਦਈ ਪਾਰਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਲਕੀ ਤਬਦੀਲੀ ਸਰਟੀਫਿਕੇਟ ਲਈ ਸਾਡੇ ਵੱਲੋਂ ਪੁੱਡਾ ਦੇ ਦਫ਼ਤਰ ਦੇ ਵਿੱਚ ਅਪਲਾਈ ਕੀਤਾ ਗਿਆ ਸੀ ਅਤੇ ਉੱਥੋਂ ਦਾ ਇੱਕ ਕਲਰਕ ਜੋ ਸਾਨੂੰ ਟਾਲ ਮਟੋਲ ਕਰ ਰਿਹਾ ਸੀ ਅਤੇ 5000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਅਤੇ ਜਦੋਂ ਅਸੀਂ ਬਿਜਨਸ ਦੇ ਨਾਲ ਗੱਲ ਕਰਕੇ ਉਸ ਵਿਅਕਤੀ ਨੂੰ 5000 ਰੁਪਏ ਦਿੱਤਾ, ਅੱਜ ਬਿਜਨਸ ਪਾਰਟੀ ਵੱਲੋਂ ਉਸ ਵਿਅਕਤੀ ਨੂੰ ਮੌਕੇ 'ਤੇ ਆ ਕੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਮੇਰਾ ਨਾਮ ਸੰਜੀਵ ਕੁਮਾਰ ਹੈ। ਮੈਂ ਇੱਕ ਮਕਾਨ ਲਿੱਤਾ ਸੀ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ 2001 ਵਿੱਚ। ਹੁਣ ਮੈਨੂੰ ਕੁਛ ਘਰੇਲੂ ਕੰਮ ਪਿੱਛੇ ਪੈਸਿਆਂ ਦੀ ਲੋੜ ਸੀ। ਜਦੋਂ ਮੈਂ ਬੈਂਕ 'ਚ ਲੋਨ ਅਪਲਾਈ ਕੀਤਾ, ਬੈਂਕ ਦੇ ਲੀਗਲ ਐਡਵਾਈਜ਼ਰ ਵੱਲੋਂ ਮੈਨੂੰ ਕਿਹਾ ਗਿਆ ਕਿ ਵੀ ਤੁਸੀਂ ਮਾਲਕੀ ਤਬਦੀਲੀ ਦਾ ਸਰਟੀਫਿਕੇਟ ਲੈ ਕੇ ਉਹ ਪੁੱਡਾ ਸੀ। ਮੈਂ ਇੱਥੇ ਅਪਲਾਈ ਕਰਤਾ ਅਤੇ ਜਦੋਂ ਅਪਲਾਈ ਕਰਨ ਤੋਂ 10 ਦਿਨ ਦਾ ਟਾਈਮ ਹੁੰਦਾ ਇਹਨਾਂ ਦਾ ਸਰਟੀਫਿਕੇਟ ਦੇਣ ਦਾ, ਜਿਹੜਾ ਕਾਨੂੰਨ ਹੈ ਪੁੱਡਾ ਦਾ। ਪਰ ਜਦੋਂ 12-13 ਦਿਨ ਹੋ ਗਏ ਤਾਂ ਮੈਨੂੰ ਸਰਟੀਫਿਕੇਟ ਨਹੀਂ ਮਿਲਿਆ, ਤਾਂ ਨਾ ਕੋਈ ਮੈਨੂੰ ਫੋਨ ਆਇਆ। ਅਤੇ ਇੱਕ ਦਿਨ ਮੈਨੂੰ ਅਚਾਨਕ ਇੱਕ ਅਣਪਛਾਤੇ ਨੰਬਰ ਦਾ ਫੋਨ ਆਇਆ, ਜੋ ਕਿ ਡੀਲਿੰਗ ਕਲਰਕ ਜਗਮੀਤ ਸਿੰਘ ਦਾ ਸੀਗਾ। ਉਹਨੇ ਕਿਹਾ ਵੀ ਤੁਹਾਡੇ ਜਿਹੜੇ ਕਾਗਜ਼ ਆ ਉਹਦੇ 'ਚ ਕਮੀ ਹੈ, ਤੁਸੀਂ ਆ ਕੇ ਮਿਲੋ। ਜਦ ਮੈਂ ਇੱਥੇ ਆ ਕੇ ਉਹਨਾਂ ਨੂੰ ਮਿਲਿਆ, ਮੈਂ ਕਿਹਾ ਦੱਸੋ ਜੀ ਮੇਰੇ ਕਾਗਜ਼ਾਂ 'ਚ ਕੀ ਕਮੀ ਹੈ। ਤਾਂ ਉਹਨਾਂ ਨੇ ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ ਕਿਹਾ ਵੀ ਜੇ ਤੁਸੀਂ ਉਹ ਕਮੀਆਂ ਦੂਰ ਕਰਾਉਂਗੇ ਤੁਹਾਡਾ 30,000 ਰੁਪਏ ਲੱਗ ਜੂ, 40,000 ਲੱਗ ਜੂਗਾ, ਅਤੇ ਤੁਹਾਡਾ ਕੰਮ ਮੈਂ ਕਰਾ ਦੂੰਗਾ ਅਤੇ ਤੁਸੀਂ ਮੈਨੂੰ 5,000 ਰੁਪਏ ਦਿਓ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਜਦ ਮੇਰੀ ਰਜਿਸਟਰੀ ਹੋਈ ਹੋਈ ਹੈ 2001 ਦੀ, 20 ਸਾਲ ਹੋ ਗਏ ਮੇਰੀ ਰਜਿਸਟਰੀ ਹੋਈ ਹੈ, ਸਭ ਕੁਝ ਮੇਰੇ ਕਾਗਜ਼ ਸਹੀ ਹੈ, ਤਾਂ ਕਮੀ ਕੀ ਹੈ? ਕਮੀ ਕੋਈ ਵੀ ਨਹੀਂ ਹੈ। ਤੁਹਾਡਾ ਦੀ 2 ਸ਼ਰਤਾਂ ਹੈਗੀਆਂ, ਮੈਂ ਆਲਰੇਡੀ ਐਫੀਡੇਵਿਟ ਦੇ ਬੈਠਾ, ਮੈਂ ਮੰਨਣ ਨੂੰ ਪਾਬੰਦ ਹਾਂ। ਪਰ ਉਹਨਾਂ ਨੇ ਮੇਰਾ ਕੰਮ ਲਟਕਾ ਕੇ ਰੱਖਿਆ, ਅਤੇ ਉਹਨਾਂ ਨੇ ਇੱਕੋ ਹੀ ਸ਼ਰਤ ਸੀ ਵੀ ਜੇ ਤੁਸੀਂ ਮੈਨੂੰ 5,000 ਰੁਪਏ ਦਿਓਗੇ ਤਾਂ ਹੀ ਤੁਹਾਡਾ ਕੰਮ ਹੋਊਗਾ, ਮੇਰਾ ਕੰਮ ਨਹੀਂ। ਅਤੇ ਮਜਬੂਰਨ ਮੈਨੂੰ ਵਿਜੀਲੈਂਸ ਵਿਭਾਗ ਦੇ ਕੋਲ ਜਾਣਾ ਪਿਆ, ਅਤੇ ਅੱਜ ਵਿਜੀਲੈਂਸ ਵਿਭਾਗ ਨੇ ਰੇਡ ਮਾਰੀ ਹੈ, ਅਤੇ ਦੋਸ਼ੀ ਜਿਹੜਾ ਹੈਗਾ ਜਗਮੀਤ ਸਿੰਘ ਇਹਨੂੰ ਰੰਗੇ ਹੱਥੀਂ ਪੈਸੇ ਲੱਗਣੇ ਪਏ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।